ਤੁਹਾਡੀ ਇੱਕ ਫਰਮਾਇਸ਼ ਆਈ ਸੀ ਫਿਲਮ ਟਸ਼ਨ ਵਿੱਚੋਂ, ਜਿਹੜਾ ਟਾਈਟਲ ਸੌਂਗ ਹੈ ਜਿਹੜਾ ਮਾਸਟਰ ਸਲੀਮ ਜੀ ਦੁਆਰਾ ਗਾਇਆ ਗਿਆ, ਔਰ ਉਹਦੇ ਅੰਦਰ ਇੱਕ ਖੂਬਸੂਰਤ ਸਰਗਮ ਉਹਨਾਂ ਨੇ ਲਈ ਹੈ, ਉਹਦਾ ਟਟੋਰੀਅਲ ਤੁਹਾਡੇ ਨਾਲ ਸਾਂਝਾ ਕਰਾਂ। ਉਹ ਕਿਵੇਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਆਸਾਨ ਤਰੀਕੇ ਨਾਲ ਆਪਾਂ ਲਗਾਉਣੀ ਸਿਖਾ ਸਕਦੇ ਹਾਂ, ਉਹ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਸਰਗਮ ਬਾਰੇ ਦੱਸਦਾ ਕਿ ਇਹਦੇ ਵਿੱਚ ਗਾ ਧਾ ਨੀ ਕੋਮਲ ਲੱਗਦੇ ਆ, ਔਰ ਨੀ ਸ਼ੁੱਧ ਵੀ ਲੱਗਦਾ, ਨੀ ਦੋਵੇਂ ਯੂਜ਼ ਹੁੰਦੇ ਆ, ਠੀਕ ਹੈ ਜੀ। ਆਪਾਂ ਸੀ ਸ਼ਾਰਪ ਉੱਪਰਲਾ ਸਾਰੇ ਗਾ ਮਾ ਪਾ ਦਾ ਨੀ ਸਾ, ਇਹਨੂੰ ਆਪਾਂ ਸਾ ਮੰਨਿਆ। ਸੋ ਇਸ ਤੋਂ ਆਪਾਂ ਸਰਗਮ ਲਵਾਂਗੇ। ਸਭ ਤੋਂ ਪਹਿਲਾ ਪੋਰਸ਼ਨ ਕੀ ਹੈ, ਸਾ ਸਾ ਰੇ ਸਾ ਨੀ ਸਾ ਰੇ ਪਾ ਮਾ ਪਾ ਗਾ ਮਾ ਰੇ ਗਾ ਸਾ ਰੇ ਨੀ, ਠੀਕ ਹੈ, ਮਾ ਰੇ ਸਾ ਨੀ ਨੀ, ਹੁਣ ਇਹਦੇ ਦੋਵੇਂ ਨੀ ਲੱਗੀਆਂ ਦੇਖੋ, ਮਾ ਰੇ ਸਾ ਨੀ ਨੀ ਪਾ ਗਾ ਮਾ ਪਾ ਨੀ ਸਾ 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 ਸਾ, ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਬੋਲਣਾ ਆ। ਅਗਲਾ ਜਿਹੜਾ ਪੈਟਰਨ ਆ ਉਹ ਥੋੜਾ ਜਿਹਾ ਚੇਂਜ ਹੈ, ਸਾ ਰੇ ਸਾ ਨੀ ਸਾ ਰੇ ਪਾ ਮਾ ਪਾ ਗਾ ਮਾ ਰੇ ਗਾ ਸਾ ਰੇ ਨੀ, ਇਤੋਂ ਤੱਕ ਸੇਮ ਹੈ, ਇਸ ਦੀ ਕੋਮਲ ਨੀ ਤੇ ਆਉਗੀ ਮਾ ਰੇ ਮਾ ਰੇ ਸਾ ਨੀ, ਉਸ ਤੋਂ ਬਾਅਦ ਨੀ ਰੇ ਮਾ ਧਾ ਮਾ ਰੇ ਨੀ ਪਾ ਮਾ ਗਾ ਮਾ ਪਾ ਨੀ ਸਾ। ਸੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਗਾ ਸਕਦੇ ਹਾਂ। ਬੀਟ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਗਾਵਾਂਗੇ, ਅੱਗੇ ਦੀ ਅੱਗੇ ਜ਼ਰੂਰ ਸ਼ੇਅਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ